are watching Channel Y. Channel Y, a South Asian Canadian channel. ਬਜਟ ਦੇ ਉੱਤੇ ਬਹੁਤ ਸਾਰੇ ਕੁਐਸਚਨ ਹੋ ਰਹੇ ਨੇ ਜੀ ਡੈਫਿਸਿਟ ਡੇ ਬਾਈ ਡੇ ਵੱਧਦਾ ਜਾ ਰਿਹਾ 10 ਬਿਲੀਅਨ ਦਾ ਡੈਫਿਸਿਟ 18 ਬਿਲੀਅਨ ਦੇ ਉੱਤੇ ਜਿਹੜਾ ਉਹ ਚਲੇ ਗਿਆ ਕੀ ਕਹਿਣਾ ਚਾਹੋਗੇ ਸੋ ਸਭ ਤੋਂ ਪਹਿਲਾਂ ਵੀਰ ਜੀ 2015 ਦੇ ਵਿੱਚ ਕੈਨੇਡਾ ਦੇ ਲੋਕਾਂ ਨੂੰ ਇੱਕ ਚੋਇਸ ਸੀਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਅਸੀਂ ਇਨਵੈਸਟਮੈਂਟਸ ਕਰਨੇ ਆ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਸੀ ਅਸੀਂ ਕੱਟ ਕਰਨੇ ਆ ਐਨਡੀਪੀ ਨੇ ਕਿਹਾ ਸੀ ਅਸੀਂ ਬੈਲੈਂਸ ਬਜਟ ਰੱਖਣੀ ਆ ਉਹਦੇ ਵਿੱਚ ਵੀ ਕੱਟਸ ਹੋਣਗੇ ਜਦੋਂ ਸਾਡੀ ਸਰਕਾਰ ਜਿੱਤੀ ਆ ਅਸੀਂ ਇਨਵੈਸਟਮੈਂਟਸ ਕਰਿਆ ਉਹ ਤੋਂ 2 ਸਾਲਾਂ ਬਾਅਦ ਅਸੀਂ ਇਨਵੈਸਟਮੈਂਟਸ ਦਾ ਫਾਇਦਾ ਤੁਹਾਨੂੰ ਦੱਸ ਸਕਦੇ ਹਾਂ ਨੰਬਰ 1 ਇਕਨੋਮੀ ਇਨ ਦਾ G7 ਸਾਡੀ ਲੋਐਸਟ ਅਨਇੰਪਲੋਇਮੈਂਟ ਰੇਟ ਆਈ ਹੋਈ ਆ 40 ਸਾਲਾਂ ਬਾਅਦ ਲੋਐਸਟ ਅਨਇੰਪਲੋਇਮੈਂਟ ਰੇਟ ਪਹੁੰਚੀ ਐਟ 5.7% 5 ਲੱਖ ਜੋਬਾਂ ਤੋਂ ਉੱਪਰ ਅਸੀਂ ਕ੍ਰੀਏਟ ਕੀਤੀਆਂ ਪਿਛਲੇ 2 ਸਾਲਾਂ 'ਚੋਂ ਇਕਾਨਮੀ ਇਜ਼ ਸਟਰੋਂਗ ਐਂਡ ਇਟਸ ਗਰੋਇੰਗ ਇਹ ਇਨਵੈਸਟਮੈਂਟਸ ਕਰਕੇ ਕੈਨੇਡੀਅਨ ਲੋਕਾਂ ਵਾਸਤੇ ਬਹੁਤ ਜ਼ਿਆਦਾ ਫਾਇਦਾ ਪਰ ਹਜੇ 2 ਸਾਲ ਹੀ ਹੋਏ ਆ ਜਿਹੜਾ 10 ਸਾਲ ਦਾ ਕੰਜ਼ਰਵੇਟਿਵ ਪਾਰਟੀ ਦਾ ਨੁਕਸਾਨ ਆ ਉਹ 2 ਸਾਲਾਂ ਦੇ ਵਿੱਚ ਨਹੀਂ ਠੀਕ ਹੋਣਾ ਸਾਨੂੰ ਹਜੇ ਵੀ ਪਤਾ ਸਾਡੇ ਭਾਈਚਾਰੇ ਦੇ ਵਿੱਚ ਕੈਨੇਡਾ ਦੇ ਵਿੱਚ ਕਾਫੀ ਫੈਮਿਲੀਜ਼ ਹਜੇ ਵੀ ਥੋੜ੍ਹਾ ਜਿਹਾ ਸਟਰਗਲ ਕਰ ਰਹੇ ਆ ਸੋ ਤਾਂ ਕਰਕੇ ਇਸ ਬਜਟ ਦੇ ਵਿੱਚ 2018 ਦੇ ਬਜਟ ਦੇ ਵਿੱਚ ਅਸੀਂ ਜ਼ਿਆਦਾ ਪੈਸੇ ਦਿੱਤੇ ਸੀਗੇ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਚਾਹੀਦੇ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਇੰਟਰੋਡਿਊਸ ਕੀਤਾ ਸੀਗਾ 2015 ਦੇ ਵਿੱਚ ਜਿਹਦੇ ਵਿੱਚ 3 ਲੱਖ ਬੱਚਾ ਪਾਵਰਟੀ 'ਚੋਂ ਨਿਕਲਿਆ ਅਸੀਂ ਉਹ ਬੈਨੀਫਿਟ ਨੂੰ ਇਨਫਲੇਸ਼ਨ ਨਾਲ ਟਾਈ ਕਰਤਾ ਜਾਂ ਜਿਵੇਂ ਕਾਸਟ ਆਫ ਲਿਵਿੰਗ ਵਧਣਗੀ ਸਾਡਾ ਬੈਨੀਫਿਟ ਵੀ ਨਾਲ ਵਧਣਗਾ ਜ਼ਿਆਦਾ ਪੈਸੇ ਆਫਟਰ ਟੈਕਸ ਹਰ ਇੱਕ ਮਹੀਨੇ ਲੋਕਾਂ ਨੂੰ ਜਾਂਦੇ ਆ ਇਹਦੇ ਨਾਲ ਇਸ ਬਜਟ ਦੇ ਵਿੱਚ ਵਰਕਿੰਗ ਇਨਕਮ ਟੈਕਸ ਬੈਨੀਫਿਟ ਅਸੀਂ ਇੰਟਰੋਡਿਊਸ ਕੀਤਾ ਜਿਹੜੇ $25,000 ਸਾਲ ਦਾ ਕਮਾਉਂਦੇ ਆ ਉਹਨਾਂ ਨੂੰ ਟੈਕਸ ਬੈਨੀਫਿਟ ਮਿਲਣਗਾ ਟੂ ਹੈਵ ਮੋਰ ਮਨੀ ਇਨ ਦੇਅਰ ਪਾਕਿਟ ਆਫਟਰ ਟੈਕਸ ਬਿਕੋਜ਼ ਸਾਨੂੰ ਪਤਾ ਉਹਨਾਂ ਨੂੰ ਜ਼ਿਆਦਾ ਹੈਲਪ ਚਾਹੀਦੀ ਆ ਇਸ ਬਜਟ ਦੇ ਵਿੱਚ ਅਸੀਂ ਚਾਹੁੰਦੇ ਸੀਗੇ ਇਨਵੈਸਟਮੈਂਟਸ ਤਰੀਕੇ ਨਾਲ ਕਰੀਏ ਟੂ ਇਨਸ਼ੋਰ ਦੈਟ ਆਪਣੇ ਜਿਹੜੀਆਂ ਭੈਣਾਂ ਹੈਗੀਆਂ ਸਾਡੀਆਂ ਮਾਵਾਂ ਹੈਗੀਆਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਈਕੁਅਲ ਪੇ ਫੋਰ ਵਰਕ ਆਫ ਈਕੁਅਲ ਵੈਲਿਊ ਮਿਲਣਗਾ ਉਹ ਲੈਜਿਸਲੇਸ਼ਨ ਪਾਸ ਹੋਣਗਾ ਇਨ ਦ ਕਮਿੰਗ ਮੰਥਸ ਇਹ ਬਜਟ ਬਹੁਤ ਵਧੀਆ ਹੈਗਾ ਕੈਨੇਡਾ ਵਾਸਤੇ ਬਟ ਜੇ 2 ਸਾਲ ਦੀਆਂ ਇਨਵੈਸਟਮੈਂਟਸ ਆ ਉਹ ਪੇ ਆਫ ਅਸੀਂ ਦੇਖ ਸਕਦੇ ਸਾਡੀ ਇਕਨੋਮੀ ਦੇ ਵਿੱਚ ਬ੍ਰਦਰ ਦੂਸਰੇ ਬੰਨੇ ਅਸੀਂ ਬੁੱਕ ਬੈਲੈਂਸਸ ਚਾਹੁੰਦੇ ਸੀ ਵੀ 2018-2019 ਤੱਕ ਜਿਹੜੇ ਆ ਉਹ ਬਜਟ ਜਿਹੜਾ ਮੁੜ ਕੇ ਅਸੀਂ ਡੈਫੋਸਿਟ ਨੂੰ ਜਿਹੜਾ ਘਟਾਉਣਾ ਸ਼ੁਰੂ ਕਰ ਦਿਆਂਗੇ ਪਰ ਇਹ ਤਾਂ ਵੱਧਦਾ ਹੀ ਵੱਧਦਾ ਨਜ਼ਰ ਆਈ ਜਾ ਰਿਹਾ ਕੀ ਤੁਹਾਨੂੰ ਲੱਗਦਾ ਸਿੰਸ ਯੂ ਸਿਟ ਔਨ ਫਾਈਨੈਂਸ ਕਮੇਟੀ ਕਿ ਆਉਣ ਵਾਲੇ ਜਦੋਂ ਤੁਸੀਂ 2019 ਦੇ ਵਿੱਚ ਨੈਕਸਟ ਇਲੈਕਸ਼ਨ ਸਾਈਕਲ ਦੇ ਵਿੱਚ ਆ ਜਾਓਗੇ ਤਾਂ ਤੁਸੀਂ ਪਬਲਿਕ ਨੂੰ ਕਿੱਦਾਂ ਕਨਵਿੰਸ ਕਰੋਗੇ ਕਿ ਹਾਊ ਵੀ ਵਿਲ ਬੈਲੈਂਸ ਆਵਰ ਬੁੱਕਸ ਜੀ ਸੋ ਅਸੀਂ 2015 ਦੇ ਵਿੱਚ ਵੀ ਕਿਹਾ ਸੀਗਾ ਦੈਟ ਵੀ ਆਰ ਗੋਇੰਗ ਟੂ ਰਨ ਔਨ ਐਨ ਇਨਵੈਸਟਮੈਂਟ ਪਲੈਟਫਾਰਮ ਬਟ ਐਟ ਦ ਸੇਮ ਟਾਈਮ ਵੀਰ ਜੀ ਵੀ ਹੈਵ ਟੂ ਬੀ ਰੀਜ਼ਨੇਬਲ ਰਿਸਪੋਂਸਿਬਲ ਇਨਵੈਸਟਮੈਂਟਸ ਇਨ ਆਰਡਰ ਟੂ ਮੈਨੇਜ ਆਰ ਇਕਨੋਮੀ The number one economy in the G7 doesn't happen by accident. It happens because the government policy has sound investment. Asi lokan de vich invest kita ta karke sadi economy badh rahi aa. Jadon tusi gal karde aa sada debt to GDP anchor jehda sada main fiscal anchor hega sadi economy badh rahi aa as a percentage of our debt. So eh cheez bahut important hegi aa and we're reducing that anchor over the years and going into the 2019 election. Te asi sanu pura ਫੁੱਲ ਕਾਨਫੀਡੈਂਸ ਆ ਦੈਟ ਸਾਡੇ ਪ੍ਰਧਾਨ ਮੰਤਰੀ ਸਾਡੇ ਮੰਤਰੀ ਸਾਡੇ ਮੈਂਬਰਸ ਆਫ ਪਾਰਲੀਮੈਂਟ ਇੰਨੀ ਮਿਹਨਤ ਕਰ ਰਹੇ ਆ ਦੈਟ ਲੋਕ ਅਗੇਨ ਕੈਨੇਡਾ ਦੇ ਲੋਕ ਫਿਰ ਸਾਨੂੰ ਸਾਥ ਦੇਣਗੇ 2019 ਦੇ ਵਿੱਚ ਦ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ ਵਾਈ ਮੀਡੀਆ ਵਾਈ ਮੀਡੀਆ ਹੈਜ਼ ਨਿਊਜ਼ਪੇਪਰ ਮਿਡਵੀਕ ਰੇਡੀਓ ਸਾਊਥ ਏਸ਼ੀਅਨ ਪਲਸ ਟੈਲੀਵਿਜ਼ਨ ਯੂ ਆਰ ਵਾਚਿੰਗ ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ Online, SouthAsianDaily.com, the biggest South Asian media group, Y Media. You are watching Channel Y, a South Asian Canadian channel.